ਸ਼ਸ਼ੀਕਾ ਮੈਂ ਬਿਆਗੇ ਕੋਆਰਡੀਨੇਟਰ ਚਮੂ ਹਸਪੀਟਲ ਜਲੰਧਰ ਤੋਂ ਅਸਾਡਾ ਸਾਡੇ ਪੇਸ਼ੈਂਟ ਹੈ ਮਿਸਟਰ ਗੁਰਮੁਖ ਸਿੰਘ ਜ਼ਿਲ੍ਹਾ ਸਰ ਤੋਂ 2.5 ਸਾਲ ਪਹਿਲਾਂ ਮਿਨੀ ਗੈਸਟ੍ਰਿਕ ਬਾਈਪਾਸ ਸਰਜਰੀ ਕਰਵਾਈ ਸੀਗੀ ਅੱਜ ਅਸੀਂ ਇਹਨਾਂ ਦਾ ਐਕਸਪੀਰੀਅੰਸ ਸ਼ੇਅਰ ਕਰਾਂਗੇ ਸ਼ਸ਼ੀਕਾ ਸਰ ਸਤਿ ਸ਼੍ਰੀ ਅਕਾਲ ਸਰ ਤੁਹਾਡੀ ਏਜ ਕਿੰਨੀ ਹੈ ਮੇਰੀ 34 ਸਾਲ ਤੁਸੀਂ ਕਿੱਥੇ ਦਾ ਰਹਿਣ ਵਾਲੇ ਹੋ ਮੈਂ ਜਲੰਧਰ ਤੋਂ ਹਜ਼ਾਰਾਂ ਮੀਲ ਅੱਛਾ ਜੀ ਤੁਹਾਡਾ ਪ੍ਰੋਫੈਸ਼ਨ ਕੀ ਹੈਗਾ ਮੈਂ ਬਿਜ਼ਨਸ ਮੈਨੇਜਰ ਅੱਛਾ ਜੀ ਤੁਸੀਂ ਕਰੰਟਲੀ ਵੀ ਇੰਡੀਆ ਰਹਿੰਦੇ ਹੋ ਹਾਂਜੀ ਹੁਣ ਵੀ ਤੁਸੀਂ ਇੰਡੀਆ ਰਹਿ ਰਹੇ ਹੋ ਨਹੀਂ ਇਟਲੀ ਤੋਂ ਰਹਿੰਦੇ ਹਾਂ ਇਟਲੀ ਤੋਂ ਰਹਿੰਦੇ ਤੁਸੀਂ ਸਰ ਤੋਂ 2 ਸਾਲ ਪਹਿਲਾਂ ਮੈਨੂੰ ਗੈਸਟ੍ਰਿਕ ਬਾਈਪਾਸ ਸਰਜਰੀ ਕਰਵਾਈ ਸੀ ਕਿ ਤੁਹਾਡਾ ਕਿੰਨਾ ਵੇਟ ਸੀ ਕਰ ਤੁਹਾਨੂੰ ਕੀ ਕੀ ਦਿੱਕਤ ਆ ਰਹੀਆਂ ਸੀ ਕਿ ਤੁਸੀਂ ਆਪਰੇਸ਼ਨ ਕਰਵਾਉਂਦੇ ਸੀ ਜਦ ਲਿਆ ਮੇਰਾ ਕੰਟਰੋਲ 23 ਕਿਲੋ ਵੇਟ ਸੀਗਾ ਅੱਛਾ ਜੀ ਉਹਦੇ ਨਾਲ ਬਹੁਤ ਪ੍ਰੋਬਲਮ ਆ ਰਹੀ ਸੀ ਪੀਣ ਜ਼ਿਆਦਾ ਹੁੰਦੀ ਸੀ ਉਦਾਂ ਵੀ ਸਿਰ ਪੱਖੋਂ ਪਰੇਸ਼ਾਨੀ ਸੀ ਤੇ ਕੰਮ ਦੀ ਪ੍ਰੋਬਲਮ ਹੁੰਦੀ ਸੀ ਅੱਛਾ ਜੀ ਹੁਣ ਤੁਹਾਡਾ ਅੱਜ ਵਜ਼ਨ ਕਿੰਨਾ ਹੈਗਾ ਮੇਰਾ 70 ਕਿਲੋ ਤੁਸੀਂ ਆਲਮੋਸਟ 53 ਕੇਜੀ ਵੇਟ ਰਿਡਿਊਸ ਕਰ ਲਿਆ ਕਿੱਦਾਂ ਦਾ ਮਹਿਸੂਸ ਹੋ ਰਿਹਾ ਇਹਨਾਂ ਪਾਰ ਕਰਕੇ ਬਹੁਤ ਵਧੀਆ ਬਹੁਤ ਵਧੀਆ ਕੀ ਕੀ ਚੇਂਜਸ ਆਏ ਹਨ ਲਾਈਫ ਦੇ ਵਿੱਚ ਸਰਜਰੀ ਦੇ ਨਾਲ ਜ਼ਿੰਦਗੀ ਤੋਂ ਉੱਪਰ ਹੈ ਕੁਛ ਨਹੀਂ ਦੂਜੀ ਜ਼ਿੰਦਗੀ ਹੈ ਤੁਸੀਂ ਇੰਜੋਏ ਕਰ ਰਹੇ ਹੋ ਆਪਣਾ ਵੇਟ ਲਾਸ ਤੁਸੀਂ ਪਹਿਲੇ ਤੋਂ ਜ਼ਿਆਦਾ ਐਕਟਿਵ ਫੀਲ ਕਰ ਰਹੇ ਹੋਗੇ ਬਹੁਤ ਸਾਰੇ ਲੋਕ ਆਪਰੇਸ਼ਨ ਦੇ ਨਾਮ ਤੋਂ ਡਰਦੇ ਹਨ ਉਹਨਾਂ ਦਾ ਪਤਾ ਨਹੀਂ ਆਪਰੇਸ਼ਨ ਕਰਾ ਕੇ ਕੀ ਹੋਣਾ ਤੁਸੀਂ ਆਪਰੇਸ਼ਨ ਕਰਾ ਤੁਹਾਡਾ ਐਕਸਪੀਰੀਅੰਸ ਕਿਦਾਂ ਰਿਹਾ ਤੁਹਾਨੂੰ ਕੀ ਲੱਗਾ ਆਪਰੇਸ਼ਨ ਕਰਾਉਣਾ ਹੈ ਵਧੀਆ ਡਿਸੀਜਨ ਸੀਗਾ ਤੁਹਾਡੀ ਲਾਈਫ ਦਾ ਕਿ ਨਹੀਂ ਕੋਈ ਪ੍ਰੋਬਲਮ ਨਹੀਂ ਬਹੁਤ ਵਧੀਆ ਮੇਰੇ ਹਿਸਾਬ ਨਾਲ ਕੋਈ 1% ਵੀ ਕੋਈ ਪ੍ਰੋਬਲਮ ਨਹੀਂ ਤੁਸੀਂ ਇੰਜੋਏ ਕਰ ਰਹੇ ਸਰ ਜੀ ਬਾ ਤੁਸੀਂ ਖਾਣ ਪੀਣ ਚ ਵੀ ਆਪਣਾ ਸਾਰਾ ਨਾਰਮਲ ਲਾਈਫ ਖਾ ਰਹੇ ਹੋ ਨਾਰਮਲ ਖਾਣੇ ਉਹ ਅੱਗੇ ਖਾਂਦੇ ਹੀ ਹੋਏ ਇੰਨਾ ਵੀ ਥੋੜਾ ਘੱਟ ਖਾਂਦਾ ਠੀਕ ਹੈ ਵਧੀਆ ਅੱਛਾ ਜੀ ਬਹੁਤ ਸਾਰੇ ਲੋਕ ਆਪਰੇਸ਼ਨ ਤੋਂ ਪਹਿਲਾਂ ਜਾਂਦੇ ਜਿਨ੍ਹਾਂ ਲੋਕਾਂ ਨੇ ਆਪਰੇਸ਼ਨ ਕਰਾਇਆ ਆਪਾਂ ਉਹਨਾਂ ਨਾਲ ਗੱਲ ਕਰ ਲਈ ਹੈ ਕਿ ਕੋਈ ਤੁਹਾਨੂੰ ਡਾਇਰੈਕਟਲੀ ਕੰਟੈਕਟ ਕਰਨਾ ਚਾਹੇ ਤੇ ਕਰ ਸਕਦਾ ਹਾਂਜੀ ਤੁਸੀਂ ਆਪਣਾ ਇੱਕ ਵਾਰੀ ਇਟਲੀ ਦਾ ਕੰਟੈਕਟ ਨੰਬਰ ਦੱਸ ਦਿਓ ਫਿਰ ਮੇਰਾ ਫੋਨ ਨੰਬਰ ਹੈ 3294663666 ਤੁਸੀਂ ਆਪਣੇ ਕੰਟਰੀ ਦੇ ਲੋਕਾਂ ਨੂੰ ਇੱਕ ਆਪਣੀ ਲੈਂਗੁਏਜ ਵਿੱਚ ਛੋਟਾ ਜਿਹਾ ਮੈਸੇਜ ਦੋਗੇ ਕਿ ਸਰਜਰੀ ਦੇ ਪਤਾ ਨੂੰ ਕੀ ਚੇਂਜਸ ਆਏ ਔਰ ਤੁਸੀਂ ਕੀ ਪ੍ਰਿਸਕ੍ਰਾਈਬ ਕਰਦੇ ਹੋ ਉਹਨਾਂ ਸਰਜਰੀ ਕਰਾਉਣੀ ਚਾਹੀਦੀ ਹੈ ਕਿ ਨਹੀਂ ਡਾਈ ਲੈਂਗੁਏਜ ਦੇ ਵਿੱਚ ਹਾਂਜੀ ਇਹ ਸਮਾਂ ਸਿੰਘ ਗੁਰਮੁਖ ਵੀਵੋ ਨੇ ਇਟਾਲੀਆ ਦਾ 25 ਆਉਣੀ ਸਿਗੋਂਦੋ ਮੇ ਉਹਨਾਂ ਕੋਲ ਸਪਾਉਣਾ avanti vita non è niente cioè tutto dipende sulla vita allora io ho fatto questa operazione è molto meglio molto bene c'è un dottore proprio perfetto molto attivo secondo me è una buona cosa per vivere perché io quando ho fatto l'operazione ce l'avevo 123 kg ora dopo 2 anni sono tornato qua per fare una visita però sto molto bene ora sto a 70 kg secondo me è una buona cosa per la vita ripeto avanti la vita non è niente grazie thank you so much for experience share and all the best